ਅੱਜ ਤਾਂ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਸੀਂ ਜੋ ਪਿਛਲੇ ਸਮੇਂ ਦੇ ਵਿੱਚ ਕੋਈ ਅਕਾਲੀ ਸਰਕਾਰ ਸਮੇਂ ਗਲਤੀਆਂ ਹੋਈਆਂ ਉਹਨਾਂ ਦੀ ਖਿਮਾ ਜਾਚਕਾ ਲਈ ਆਏ ਹਾਂ। ਅਪੀਲ ਕਰਨ ਵੀ ਉਹਨਾਂ ਨੂੰ ਅਸੀਂ ਇੱਕ ਲਿਖਤੀ ਤੌਰ ਤੇ ਅਰਜ਼ੀ ਦੇਣ ਆਏ ਹਾਂ ਕਿ ਜੋ ਗਲਤੀਆਂ ਹੋਈਆਂ ਉਹਨਾਂ ਦੀ ਸਾਨੂੰ ਖਿਮਾ ਜਾਚਕਾ ਲਈ ਅਸੀਂ ਆਏ ਹਾਂ। ਸੋ ਮੈਂ ਸਮਝਦਾ ਕਿ ਫਿਰ ਅੱਗੇ ਜਥੇਦਾਰ ਜੀ ਨੇ ਫੈਸਲਾ ਕਰਨਾ। ਪ੍ਰੀਤ ਸਿੰਘ ਉਹਨਾਂ ਦੇ ਨਾਲ ਉਹਨੇ ਗੱਲਬਾਤ ਹੋਈ, ਉਹ ਕਹਿੰਦੇ ਮੈਨੂੰ ਕਿਸੇ ਨੇ ਹਲੇ ਅਪਰੋਚ ਨਹੀਂ ਕੀਤਾ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਉਹਨਾਂ ਦੇ ਪ੍ਰਧਾਨ? ਅੱਜ ਤਾਂ ਸਿਰਫ ਅਸੀਂ ਅਰਜ਼ੀ ਦੇ ਕੇ ਪਹਿਲਾਂ ਮਾਫ਼ੀ ਲੈ ਕੇ ਗੁਰੂ ਤੋਂ, ਗੁਰੂ ਦੇ ਪੰਥ ਤੋਂ, ਕਿਉਂਕਿ ਗੁਰੂ ਤੇ ਗੁਰੂ ਪੰਥ ਨਾਰਾਜ਼ ਆ ਕਿਸੇ ਤਰ੍ਹਾਂ ਸਾਡੀ ਪਾਰਟੀ ਨਾਲ, ਜਿਸ ਕਰਕੇ ਵਾਰ ਵਾਰ ਗੁਰੂ ਦਾ ਪੰਥ ਫਤਵਾ ਉਲਟ ਦੇ ਰਿਹਾ। ਸੋ ਇਸ ਲਈ ਅਸੀਂ ਉਹ ਪਹਿਲਾਂ ਖਿਮਾ ਮੰਗਾਂਗੇ, ਫਿਰ ਗੁਰੂ ਤੋਂ ਸਮੱਤ ਤੇ ਸ਼ਕਤੀ ਦੀ ਅਰਦਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਜੋ ਵੀ ਵਿਉਂਤ ਵਿਧੀ ਆ ਉਹਦੇ ਲਈ ਅਸੀਂ ਵਿਦਵਾਨਾਂ ਕੋਲ ਵੀ, ਮਹਾਂਪੁਰਖਾਂ ਕੋਲ ਵੀ ਜਾਵਾਂਗੇ। ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਜੇਕਰ ਮੇਰੇ ਤੱਕ ਪਹੁੰਚ ਕਰਦੇ ਤਾਂ ਮੈਂ ਵਿਚਾਰ ਕਰ ਸਕਦਾ। ਜ਼ਰੂਰ ਜਾਵਾਂਗੇ, ਸਾਰਿਆਂ ਕੋਲ ਜਾਵਾਂਗੇ, ਜਿਹੜਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਮਜ਼ਬੂਤ ਕਰਨ ਲਈ ਯੋਗਦਾਨ ਪਾ ਸਕੇਗਾ ਉਹਦੇ ਤੱਕ ਜ਼ਰੂਰ ਪਹੁੰਚ ਕਰਾਂਗੇ। ਉਹਨਾਂ ਨੇ ਕਿਹਾ ਕਿ ਅਸੀਂ ਮਾਫ਼ੀ ਲੈ ਕੇ ਫੇਰ ਹੀ ਤੁਰਾਂਗੇ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦਾ ਦੋ ਪਾੜ ਹੁਣ ਲਫੇ ਲੱਗ ਗਿਆ, ਬਾਗੀ ਧੜਾ। ਦੇਖੋ ਮੈਂ ਸਮਝਦਾ ਅਸੀਂ ਨਾ ਬਾਗੀਆਂ ਨਾ ਬਗਾਵਤ ਆ, ਅਸੀਂ ਤਾਂ ਬਲਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣਾ ਬਾਗੀ ਆ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਮਾਫ਼ੀ ਮੰਗਣੀ ਬਾਗੀ ਆ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਅੱਗੇ, ਗੁਰੂ ਪੰਥ ਅੱਗੇ ਅਰਦਾਸ ਕਰਨਾ ਕਿ ਸਮਰਥ ਤੇ ਸ਼ਕਤੀ ਬਖਸ਼ੇ ਗੁਰੂ ਤੇ ਗੁਰੂ ਦਾ ਪੰਥ, ਕਿ ਅੱਗੇ ਤੋਂ ਗਲਤੀਆਂ ਨਾ ਹੋਣ, ਅੱਗੇ ਤੋਂ ਪਾਰਟੀ ਤਕੜੀ ਮਜ਼ਬੂਤ ਹੋਵੇ, ਇਹ ਕੋਈ ਬਾਗੀ ਬਣਾ? ਸੋ ਮੈਂ ਸਮਝਦਾ ਪ੍ਰੈਸ ਤੇ ਮੀਡੀਆ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਬਾਗੀ ਤਾਂ ਉਹ ਨੇ ਜਿਹੜਾ ਕੋਈ ਪਾਰਟੀ ਦੇ ਮਤਲਬ ਕਮਜ਼ੋਰ ਕਰਨ ਲਈ ਜਾਏਗਾ, ਅਸੀਂ ਤਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਾ ਰਹੇ ਹਾਂ। ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਅਕਾਲੀ ਦਲ ਦਾ ਦੋ ਪਾੜ ਹੋਣਾ ਬਹੁਤ ਮੰਦਭਾਗੀ ਗੱਲ ਹੈ, ਬੰਦ ਕਮਰੇ 'ਚ ਬੈਠ ਕੇ ਗੱਲ ਸਾਰੀ ਜਿਹੜੀ। ਕਿਹਨੇ ਕਿਹਾ ਇਹ? ਗਿਆਨੀ ਹਰਪ੍ਰੀਤ ਸਿੰਘ। ਉਹ ਤਾਂ ਚਲੋ ਅਸੀਂ ਤਾਂ ਅੱਜ ਤਾਂ ਕੋਈ ਪਾਰਟੀ ਸੁਣਦੇ, ਅੱਜ ਤਾਂ ਸਿਰਫ ਅਸੀਂ ਇੱਕ ਕਿਸਮ ਦੀ ਅਰਜ਼ੀ ਖਿਮਾ ਜਾਚਕਾ ਲਈ ਜਾ ਰਹੇ ਹਾਂ, ਇਹ ਤੋਂ ਵੱਧ ਤਾਂ ਕੁਛ ਨਹੀਂ। ਪ੍ਰਧਾਨ ਦੇ ਲਈ ਵੀ ਮੰਗ ਤੁਹਾਨੂੰ ਸਭ ਕੁਛ, ਕਿਉਂਕਿ ਉਹਨਾਂ ਤੋਂ ਪਰ ਫੇਰ ਵੀ ਤੁਸੀਂ ਅੱਜ ਜਿਹੜੀਆਂ ਗੱਲਾਂ ਕਰ ਰਹੇ ਹੋ। ਸੋ ਮੈਂ ਸਮਝਦਾ ਇਹਦੇ 'ਚ ਮਿਲਣ ਮਿਲਾਉਣ ਵਾਲੀ ਤਾਂ ਗੱਲ ਹੀ ਨਹੀਂ, ਅਸੀਂ ਤਾਂ ਕਿਤੇ ਨਾ ਕਿਤੇ ਗੁਰੂ ਦਾ ਗੁਰੂ ਤੇ ਗੁਰੂ ਦਾ ਪੰਥ ਸਾਡੇ ਤੋਂ ਨਾਰਾਜ਼ ਆ, ਤਾਂ ਹੀ ਵਾਰ ਵਾਰ ਫਤਵਾ ਪ੍ਰਧਾਨ ਤੋਂ ਵੀ ਮੰਗ ਕਰੋਗੇ ਸਿੰਘ ਸਾਹਿਬ ਕੀ? ਉਹਦੇ ਲਈ ਅਸੀਂ ਤਾਂ ਜੋ ਗਲਤੀਆਂ ਹੋਈਆਂ ਪਿੱਛੇ, ਜੋ ਕਮੀਆਂ ਰਹੀਆਂ ਪਿੱਛੇ, ਉਹਨਾਂ ਨੂੰ ਦੂਰ ਕਰਨ ਲਈ ਮਤਲਬ ਗੁਰੂ ਅੱਗੇ ਅਰਦਾਸ ਕਰਨੀ ਆ ਕਿ ਸਮਤ ਬਖਸ਼ੇ ਗੁਰੂ ਸਾਨੂੰ। ਸਾਡੇ ਕੋਲੋਂ ਮੰਗ ਕੀਤੀ ਜਾਏਗੀ ਕਿ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਵੀ ਜਿਹੜੀ ਪੰਥਕ ਰਵਾਇਤਾਂ ਮੁਤਾਬਕ ਕਾਰਵਾਈ ਹੋਵੇ? ਦੇਖੋ ਇਹ ਤਾਂ ਅਸੀਂ ਜੋ ਪਿੱਛੇ ਗਲਤੀਆਂ ਹੋਈਆਂ ਉਹਨਾਂ ਅਸੀਂ ਆਪਣੀ ਗਲਤੀ ਦੀ ਮਾਫ਼ੀ ਮੰਗਣ ਆਏ ਹਾਂ, ਕਿਸੇ ਨੇ ਮੰਗਣੀ ਆ ਜਾਂ ਨਹੀਂ ਮੰਗਣੀ ਇਹ ਉਹ 'ਤੇ ਡਿਪੈਂਡ ਕਰਦਾ। ਅੱਜ ਤਾਂ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਸੀਂ ਜੋ ਪਿਛਲੇ ਸਮੇਂ ਦੇ ਵਿੱਚ ਕੋਈ ਅਕਾਲੀ ਸਰਕਾਰ ਸਮੇਂ ਗਲਤੀਆਂ ਹੋਈਆਂ ਉਹਨਾਂ ਦੀ ਖਿਮਾ ਜਾਚਕਾ ਲਈ ਆਏ ਹਾਂ। ਅਪੀਲ ਕਰਨ ਵੀ ਉਹਨਾਂ ਨੂੰ ਅਸੀਂ ਇੱਕ ਲਿਖਤੀ ਤੌਰ ਤੇ ਅਰਜ਼ੀ ਦੇਣ ਆਏ ਹਾਂ ਕਿ ਜੋ ਗਲਤੀਆਂ ਹੋਈਆਂ ਉਹਨਾਂ ਦੀ ਸਾਨੂੰ ਖਿਮਾ ਜਾਚਕਾ ਲਈ ਅਸੀਂ ਆਏ ਹਾਂ। ਸੋ ਮੈਂ ਸਮਝਦਾ ਕਿ ਫਿਰ ਅੱਗੇ ਜਥੇਦਾਰ ਜੀ ਨੇ ਫੈਸਲਾ ਕਰਨਾ। ਪ੍ਰੀਤ ਸਿੰਘ ਉਹਨਾਂ ਦੇ ਨਾਲ ਉਹਨੇ ਗੱਲਬਾਤ ਹੋਈ, ਉਹ ਕਹਿੰਦੇ ਮੈਨੂੰ ਕਿਸੇ ਨੇ ਹਲੇ ਅਪਰੋਚ ਨਹੀਂ ਕੀਤਾ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਉਹਨਾਂ ਦੇ ਪ੍ਰਧਾਨ? ਅੱਜ ਤਾਂ ਸਿਰਫ ਅਸੀਂ ਅਰਜ਼ੀ ਦੇ ਕੇ ਪਹਿਲਾਂ ਮਾਫ਼ੀ ਲੈ ਕੇ ਗੁਰੂ ਤੋਂ, ਗੁਰੂ ਦੇ ਪੰਥ ਤੋਂ, ਕਿਉਂਕਿ ਗੁਰੂ ਤੇ ਗੁਰੂ ਪੰਥ ਨਾਰਾਜ਼ ਆ ਕਿਸੇ ਤਰ੍ਹਾਂ ਸਾਡੀ ਪਾਰਟੀ ਨਾਲ, ਜਿਸ ਕਰਕੇ ਵਾਰ ਵਾਰ ਗੁਰੂ ਦਾ ਪੰਥ ਫਤਵਾ ਉਲਟ ਦੇ ਰਿਹਾ। ਸੋ ਇਸ ਲਈ ਅਸੀਂ ਉਹ ਪਹਿਲਾਂ ਖਿਮਾ ਮੰਗਾਂਗੇ, ਫਿਰ ਗੁਰੂ ਤੋਂ ਸਮੱਤ ਤੇ ਸ਼ਕਤੀ ਦੀ ਅਰਦਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਜੋ ਵੀ ਵਿਉਂਤ ਵਿਧੀ ਆ ਉਹਦੇ ਲਈ ਅਸੀਂ ਵਿਦਵਾਨਾਂ ਕੋਲ ਵੀ, ਮਹਾਂਪੁਰਖਾਂ ਕੋਲ ਵੀ ਜਾਵਾਂਗੇ। ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਜੇਕਰ ਮੇਰੇ ਤੱਕ ਪਹੁੰਚ ਕਰਦੇ ਤਾਂ ਮੈਂ ਵਿਚਾਰ ਕਰ ਸਕਦਾ। ਜ਼ਰੂਰ ਜਾਵਾਂਗੇ, ਸਾਰਿਆਂ ਕੋਲ ਜਾਵਾਂਗੇ, ਜਿਹੜਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਮਜ਼ਬੂਤ ਕਰਨ ਲਈ ਯੋਗਦਾਨ ਪਾ ਸਕੇਗਾ
ਉਹਦੇ ਤੱਕ ਜ਼ਰੂਰ ਪਹੁੰਚ ਕਰਾਂਗੇ। ਉਹਨਾਂ ਨੇ ਕਿਹਾ ਕਿ ਅਸੀਂ ਮਾਫੀ ਲੈ ਕੇ ਫੇਰ ਹੀ ਤੁਰਾਂਗੇ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦਾ ਦੋ ਪਾੜ ਹੁਣ ਲਫੇ ਲੱਗ ਗਿਆ ਬਾਗੀ ਧੜਾ। ਦੇਖੋ ਮੈਂ ਸਮਝਦਾ ਅਸੀਂ ਨਾ ਬਾਗੀਆਂ ਨਾ ਬਗਾਵਤਾਂ, ਅਸੀਂ ਤਾਂ ਬਲਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣਾ ਬਾਗੀ ਆ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਮਾਫੀ ਮੰਗਣੀ ਬਾਗੀ ਆ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਅੱਗੇ, ਗੁਰੂ ਪੰਥ ਅੱਗੇ ਅਰਦਾਸ ਕਰਨਾ ਕਿ ਸਮਤ ਤੇ ਸ਼ਕਤੀ ਬਖਸ਼ੇ ਗੁਰੂ ਤੇ ਗੁਰੂ ਦਾ ਪੰਥ, ਕਿ ਅੱਗੇ ਤੋਂ ਗਲਤੀਆਂ ਨਾ ਹੋਣ, ਅੱਗੇ ਤੋਂ ਪਾਰਟੀ ਤਕੜੀ ਮਜ਼ਬੂਤ ਹੋਵੇ। ਇਹ ਕੋਈ ਬਾਗੀ ਬਣਾ? ਸੋ ਮੈਂ ਸਮਝਦਾ ਪ੍ਰੈਸ ਤੇ ਮੀਡੀਆ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਬਾਗੀ ਤਾਂ ਉਹ ਨੇ ਜਿਹੜਾ ਕੋਈ ਪਾਰਟੀ ਦੇ ਮਤਲਬ ਕਮਜ਼ੋਰ ਕਰਨ ਲਈ ਜਾਏਗਾ, ਅਸੀਂ ਤਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਾ ਰਹੇ ਹਾਂ। ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਅਕਾਲੀ ਦਲ ਦਾ ਦੋ ਪਾੜ ਹੋਣਾ ਬਹੁਤ ਮੰਦਭਾਗੀ ਗੱਲ ਹੈ, ਬੰਦ ਕਮਰੇ 'ਚ ਬੈਠ ਕੇ ਗੱਲ ਸਾਰੀ ਜਿਹੜੀ। ਕਿਹਨੇ ਕਿਹਾ ਇਹ? ਗਿਆਨੀ ਹਰਪ੍ਰੀਤ ਸਿੰਘ। ਚਲੋ ਅਸੀਂ ਤਾਂ ਅੱਜ ਤਾਂ ਕੋਈ ਪਾਰਟੀ ਸੁਣਦੀ, ਅੱਜ ਤਾਂ ਸਿਰਫ ਅਸੀਂ ਇੱਕ ਕਿਸਮ ਦੀ ਅਰਜੀ ਸਕੀਮਾ ਜਾਂਚ ਕਰ ਲਈ ਜਾ ਰਹੇ ਹਾਂ। ਇਹ ਤੋਂ ਵੱਧ ਤਾਂ ਕੁਛ ਨਹੀਂ, ਪ੍ਰਧਾਨ ਦੇ ਲਈ ਵੀ ਸਭ ਕੁਛ ਸੋ ਮੈਂ ਸਮਝਦਾ ਇਹਦੇ 'ਚ ਮਿਲਣ ਮਿਲਾਉਣ ਵਾਲੀ ਤਾਂ ਗੱਲ ਹੀ ਨਹੀਂ। ਅਸੀਂ ਤਾਂ ਕਿਤੇ ਨਾ ਕਿਤੇ ਗੁਰੂ ਦਾ ਗੁਰੂ ਤੇ ਗੁਰੂ ਦਾ ਪੰਥ ਸਾਡੇ ਤੋਂ ਨਾਰਾਜ਼ ਹੈ, ਤਾਂ ਹੀ ਵਾਰ ਵਾਰ ਫਤਵਾ ਪ੍ਰਧਾਨ ਤੋਂ ਵੀ ਮੰਗ ਕਰੋਗੇ ਸਿੰਘ ਸਾਹਿਬ ਕੀ? ਉਹਦੇ ਲਈ ਅਸੀਂ ਤਾਂ ਜੋ ਗਲਤੀਆਂ ਹੋਈਆਂ ਪਿੱਛੇ, ਜੋ ਕਮੀਆਂ ਰਹੀਆਂ ਪਿੱਛੇ, ਉਹਨਾਂ ਨੂੰ ਦੂਰ ਕਰਨ ਲਈ ਮਤਲਬ ਗੁਰੂ ਅੱਗੇ ਅਰਦਾਸ ਕਰਨੀ ਆ ਕਿ ਸਮਤ ਬਖਸ਼ੇ ਗੁਰੂ ਸਾਨੂੰ। ਸਾਡੇ ਕੋਲੋਂ ਮੰਗ ਕੀਤੀ ਜਾਏਗੀ ਕਿ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਵੀ ਜਿਹੜੀ ਪੰਥਕ ਰਵਾਇਤਾਂ ਮੁਤਾਬਕ ਕਾਰਵਾਈ ਹੋਵੇ। ਦੇਖੋ ਇਹ ਤਾਂ ਅਸੀਂ ਜੋ ਪਿੱਛੇ ਗਲਤੀਆਂ ਹੋਈਆਂ ਉਹਨਾਂ ਅਸੀਂ ਆਪਣੀ ਗਲਤੀ ਦੀ ਮਾਫੀ ਮੰਗਣ ਆਏ ਆ, ਕਿਸੇ ਨੇ ਮੰਗਣੀ ਆ ਜਾਂ ਨਹੀਂ ਮੰਗਣੀ ਇਹ ਉਹ ਤੇ ਡਿਪੈਂਡ ਕਰਦਾ।